ਜਦੋਂ ਇੱਕ ਓਵਰ 'ਚ ਮੈਂ 9-1 ਵਿਕਟਾਂ ਲੈ ਲਈਆਂ, ਭਾਜੀ ਛੁਰੀ ਤਰ੍ਹਾਂ ਮੇਰੀਆਂ ਗੇਂਦਾਂ ਨਿਕਲਣ ਤੇ ਲੋਕੀ ਕਹਿਣ ਕਿਆ ਬਾਤ ਹੈ, ਹੁਣ ਸਿਰਫ 6 ਬਾਲਾਂ 'ਚ 1-2 ਵਿਕਟਾਂ ਲੈ ਲੈਣੀਆਂ, ਕੋਈ ਬੋਲਿੰਗ? ਉਹ 2 ਮਿੰਟ ਠਹਿਰ ਕੇ ਛੱਡਣੀਆਂ ਸ਼ੁਰੂ ਕਰੀ, ਫੋਨ ਆ ਗਿਆ। ਹੈਲੋ, ਸਲਾਮ ਅਲੈਕਮ ਜੀ, ਮੈਂ ਲਾਹੌਰੋਂ ਪ੍ਰੀਤੀ ਜ਼ਿੰਟਾ ਬੋਲ ਰਹੀ ਹਾਂ। ਹਾਂਜੀ ਬੋਲੋ। ਹਾਏ ਹਾਏ ਅੜਿਆ, ਬੋਲਣ ਤੇ ਦਈ ਆ। ਮੇਰਾ ਮਤਲਬ ਸੀ ਕੀ ਕਹਿਣਾ ਚਾਹੁੰਦੇ ਹੋ? ਵੀ ਸਾਰੇ ਜੱਗ ਨੂੰ ਸਮਝਾਂ ਆ ਗਈਆਂ ਮੇਰੀਆਂ, ਤੈਨੂੰ ਨਾ ਆਈਆਂ, ਮੈਂ ਚਾਹੁੰਦਾ ਨਹੀਂ ਚਾਹੁੰਦੀ ਆ। ਹਾਂ ਬੋਲ ਭਰਾ ਮੇਰੀ। ਏ ਹਾਏ ਹਾਏ, ਮੈਂ ਮਰ ਗਈ। ਕਿੱਡੀ ਤੇਰੀ ਪੁੱਠੀ ਜ਼ਬਾਨ ਏ, ਲੇਡੀਜ਼ ਨਾਲ ਗੱਲ ਕਰਨ ਦੀ ਤੈਨੂੰ ਤਮੀਜ਼ ਨਹੀਂ ਹੈਗੀ। ਮੈਂ ਤੇ ਮੁਫਤ ਦਾ ਮਸ਼ਵਰਾ ਦੇਣ ਵਾਸਤੇ ਫੋਨ ਕੀਤਾ ਸੀ। ਹੂੰ, ਉਹ ਇਹ ਕਿ ਪਾਕਿਸਤਾਨੀ ਟੀਮ ਜਦੋਂ ਬੈਟਿੰਗ ਕਰੇ ਤੇ ਮੈਨੂੰ ਬਾਉਂਡਰੀ ਤੇ ਖਿਲਾਰ ਦਿਆ ਕਰੋ। ਅੱਛਾ, 2-4 ਫੀਲਡਰ ਤੇ ਮੈਂ ਵੀ ਆਪਣੇ ਧਿਆਨੇ ਲਾ ਲੂੰਗੀ। ਕਿੰਨਾ ਮਜ਼ਾ ਆਏਗਾ, ਤੁਹਾਡੇ ਸਕੋਰ ਹੋਈ ਜਾਣਗੇ ਤੇ ਮੇਰੇ ਪੈਸੇ ਹੋਈ ਜਾਣਗੇ। ਪਸੰਦ ਆਇਆ ਨਾ ਮਸ਼ਵਰਾ? ਦੇਖੋ ਜੀ ਪ੍ਰੀਟੀ ਜ਼ੈਂਟਾ, ਅਸੀਂ ਇਸ ਬਾਰੇ 'ਚ ਆਕਬ ਭਾਈ ਕੋਲੋਂ ਪੁੱਛਦੇ ਹਾਂ, ਕਿਉਂ ਜੀ? ਮੇਰਾ ਖਿਆਲ ਹੈ ਫਖਰ ਭਾਈ, ਇਹ ਕੰਮ ਬਹੁਤ ਦੇਰ ਪਹਿਲੇ ਹੋ ਜਾਣਾ ਚਾਹੀਦਾ ਸੀ। ਉਹ ਇਸ ਲਈ ਕਿ ਜਦੋਂ ਅਸੀਂ ਵੀ ਬਾਹਰ ਟੂਰ ਖੇਡਣ ਜਾਈਦਾ ਤੇ ਸਾਨੂੰ ਵੀ ਸਕੋਰ ਇਸ ਲਈ ਪੈਂਦਾ ਕਿ ਸਾਡਾ ਧਿਆਨ ਵੀ ਕਿਤੇ ਹੋਰ ਹੁੰਦਾ।